ਹਾਂਜੀ ਤੁਸੀਂ ਦੇਖ ਰਹੇ ਹੋ ਜੀ ਆਪਣਾ ਇੰਟਰਨੈਸ਼ਨਲ ਚੈਨਲ ਦੇ ਉੱਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਅੱਜ ਦੀ ਜਿਹੜੀ ਸਭ ਤੋਂ ਪਹਿਲਾਂ ਗੁੱਡ ਨਿਊਜ਼ ਹੈ ਜੀ ਯੂਰਪੀਅਨ ਲੋਕਾਂ ਦੇ ਵਾਸਤੇ ਜਿਹੜੇ ਯੂਰਪ ਦੇ ਵਿੱਚ ਰਹਿੰਦੇ ਹਨ ਤੇ ਖਾਸ ਕਰ ਉਹ ਸਾਡੇ ਵੀਰ ਜਿਹੜੇ ਇੰਡੀਆ ਦੇ ਵਿੱਚ ਜਾਂ ਪਾਕਿਸਤਾਨ ਦੇ ਵਿੱਚ ਪੈਸਾ ਭੇਜਦੇ ਹਨ ਇਹਦੇ ਵਿੱਚ ਆਪਾਂ ਸਪੈਸ਼ਲੀ ਗੱਲ ਕਰਨੀ ਹੈ ਇੰਡੀਆ ਦੀ 1 ਯੂਰੋ ਦਾ ਰੇਟ ਬਹੁਤ ਜ਼ਿਆਦਾ ਵੱਧ ਚੁੱਕਾ ਹੈ 90 ਰੁਪਏ 87 ਪੈਸੇ ਜਿਹੜਾ ਹੁਣ ਦਾ ਰੇਟ ਚੱਲ ਰਿਹਾ ਹੈ ਅੱਜ ਦਾ ਨਿਊਜ਼ੀਲੈਂਡ ਦੇ ਡਾਲਰ ਦਾ ਰੇਟ 50 ਰੁ ਤੇ ਇੰਗਲੈਂਡ ਦਾ 1 ਪਾਉਂਡ 101 ਰੁਪਏ 67 ਪੈਸੇ ਚੱਲ ਰਿਹਾ ਹੈ ਕੈਨੇਡਾ ਦਾ ਡਾਲਰ 60 ਰੁਪਏ 54 ਪੈਸੇ ਅਮਰੀਕਾ ਦਾ 1 ਡਾਲਰ 81 ਰੁਪਏ 84 ਪੈਸੇ ਤੇ ਇਹਦੇ ਨਾਲ ਹੀ ਆਸਟ੍ਰੇਲੀਆ ਦਾ 1 ਡਾਲਰ 20 ਰੁਪਏ 99 ਪੈਸੇ ਬਿਟਕੋਇਨ ਵੀ ਉੱਪਰ ਜਾਣਾ ਸ਼ੁਰੂ ਹੋ ਚੁੱਕਾ ਹੈ 30305 ਦੇ ਉੱਪਰ以ਥੀਰੀਅਮ 2096 ਡਾਲਰ ਦੇ ਉੱਤੇ ਚੱਲ ਰਿਹਾ ਹੈ ਬਾਕੀ ਈਟੀ ਦੇ ਵਿੱਚ ਜਿਹੜੇ ਲੋਕ ਰਹਿੰਦੇ ਆ ਤੁਹਾਨੂੰ ਪਤਾ ਹੈ ਕਿ ਈਟੀ ਦਾ ਜਿਹੜਾ ਮੌਸਮ ਹੈ ਜੀ ਹਜੇ ਤੱਕ ਵੀ ਤਕਰੀਬਨ ਲੋਕ ਜਿਹੜੇ ਇੱਥੇ ਕੋਟੀਆਂ ਵਗੈਰਾ ਪਾ ਰਹੇ ਨੇ ਕਈਆਂ ਇਲਾਕਿਆਂ ਮਤਲਬ ਅਜੇ ਵੀ ਜਿਹੜੀ ਪੂਰੀ ਤਰ੍ਹਾਂ ਸਰਦੀ ਇੱਥੋਂ ਜਾ ਨਹੀਂ ਰਹੀ ਤੇ ਇਹਦੇ ਉਲਟ ਜਿਹੜਾ ਇੰਡੀਆ ਦੇ ਵਿੱਚ ਅੱਜ ਦਾ ਟੈਂਪਰੇਚਰ ਹੈ ਜੀ ਬਹੁਤੇ ਪੰਜਾਬ ਦੇ ਸ਼ਹਿਰਾਂ ਦੇ ਵਿੱਚ ਜਿਹੜਾ ਟੈਂਪਰੇਚਰ 40 ਡਿਗਰੀ ਤੋਂ ਉੱਪਰ ਜਾ ਚੁੱਕਾ ਹੈ ਮਤਲਬ ਕਿ ਤਿੰਨ ਸ਼ਹਿਰ ਜਿਹੜੇ ਹਨ ਜਿੱਦਾਂ ਕੈਮਰੋਸਰ ਜਲੰਧਰ ਤੇ ਲੁਧਿਆਣਾ ਇਹਨਾਂ ਸ਼ਹਿਰਾਂ ਵਿੱਚ ਤਾਂ ਹੀਟ ਵੇਵ ਚਾਲੂ ਹੋ ਚੁੱਕੀ ਹੈ ਤੇ ਰੈੱਡ ਲਾਈਟ ਜਿਹੜਾ ਜਾਰੀ ਹੋ ਗਿਆ ਹੈ ਉਹਦੇ ਉਲਟ ਜਿਹੜਾ ਇਟਲੀ ਦੇ ਵਿੱਚ ਇਸ ਟਾਈਮ ਤੁਸੀਂ ਦੇਖ ਸਕਦੇ ਹੋ ਕਿ ਮੌਸਮ ਜਿਹੜਾ ਕਾਫੀ ਸੁਹਾਵਣਾ ਹੈ ਜਿਹੜਾ ਇਟਲੀ ਹੈ ਜੀ ਭੂਮਧ ਰੇਖਾ ਤੋਂ ਥੋੜਾ ਜਿਹਾ ਉੱਪਰ ਪੈਂਦਾ ਹੈ ਜਿੱਦ ਜੀ ਆਪਾਂ ਇਟਲੀ ਤੋਂ ਉੱਪਰ ਨੂੰ ਚਲਦੇ ਆਂ ਜਿੱਦਾਂ ਕਿ ਫਰਾਂਸ ਹੋ ਗਿਆ ਜਾਂ ਬੈਲਜੀਅਮ ਵਗੈਰਾ ਹੋ ਗਿਆ ਜਾਂ ਯੂਕੇ ਹੋ ਗਿਆ ਉੱਪਰ ਵਾਲੀ ਨੌਰਦਵਾਲੇ ਪਾਸੇ ਤੋਂ ਉੱਪਰ ਜਿਹੜਾ ਜਾਂਦੇ ਜਾਂਦੇ ਟੈਂਪਰੇਚਰ ਜਿਹੜਾ ਹੋਰ ਜ਼ਿਆਦਾ ਘਟਦਾ ਹੈ ਬਾਕੀ ਕਈ ਲੋਕ ਜਿਹੜੇ ਹਨ ਜੀ ਬਹੁਤ ਜ਼ਿਆਦਾ ਉਹਨਾਂ ਨੂੰ ਸ਼ੌਂਕ ਹੁੰਦਾ ਹੈ ਕਿ ਉੱਚੀਆਂ ਬਿਲਡਿੰਗਾਂ ਦੇ ਵਿੱਚ ਰਹਿਣਾ ਜਿੱਦਾਂ ਕਿ ਬਰਜ ਖਲੀਫਾ ਬਿਲਡਿੰਗ ਤੁਹਾਨੂੰ ਪਤਾ ਹੈ ਕਿ ਕਿੰਨੀ ਜ਼ਿਆਦਾ ਇਸਤ ਜਿਹੜੀ ਹਾਈਟ ਹੈ ਹੁਣ ਇਹ ਜਿਹੜੀਆਂ ਮਨੁੱਖ ਨਿਰਮਿਤ ਚੀਜ਼ਾਂ ਹੁੰਦੀਆਂ ਤੇ ਇਹਨਾਂ ਦੇ ਵਿੱਚ ਇਸ ਤਰ੍ਹਾਂ ਹੁੰਦਾ ਹੈ ਕਿ ਜਿੰਨਾ ਮਰਜ਼ੀ ਆਪਾਂ ਜਿਹੜੀ ਸਿਕਿਉਰਿਟੀ ਹੈ ਜਿਉਂ ਰੱਖੀਏ ਫਿਰ ਵੀ ਕਦੀ ਇਸੀ ਤਰ੍ਹਾਂ ਸੰਯੁਕਤ ਅਰਬ ਅਮੀਰਾਤ ਦੁਬਈ ਦੇ ਵਿੱਚ ਵੀ ਹੋਇਆ ਹੈ ਉੱਥੇ ਇੱਕ ਅਪਾਰਟਮੈਂਟ ਜਿਹਦੇ ਵਿੱਚ ਅੱਗ ਲੱਗਦੀ ਹੈ ਤੇ ਅੱਗ ਲੱਗਣ ਦੇ ਕਾਰਨ ਘਟੋ ਘਟ ਦੱਸਿਆ ਗਿਆ ਕਿ 16 ਲੋਕਾਂ ਦੀ ਡੈਥ ਹੋਈ ਹੈ ਤੇ 9 ਲੋਕ ਜਿਹੜੇ ਹਨ ਜ਼ਖਮੀ ਹੋਏ ਹਨ ਗੱਲ ਕਰ ਲਈਏ ਇਟਲੀ ਦੀ ਇਟਲੀ ਵਿੱਚ ਜਿੱਦਾਂ ਕਿ ਇੱਕ ਨਵੀਂ ਜਿਹੜੀ ਗਲਵੱਤ ਲੋਕਾਂ ਦੇ ਵਿੱਚ ਵੀ ਚੱਲ ਰਹੀ ਹੈ ਤੇ ਅਖਬਾਰਾਂ ਦੇ ਵਿੱਚ ਵੀ ਜਿਹੜਾ ਇਸ ਬਾਬਤ ਆਉਣਾ ਸ਼ੁਰੂ ਹੋ ਚੁੱਕਾ ਹੈ ਜਿਵੇਂ ਕਿ ਇਟਲੀ ਦੇ ਵਿੱਚ ਦੋ ਤਰ੍ਹਾਂ ਦੀਆਂ ਲਾਈਨਾਂ ਹੁੰਦੀਆਂ ਹਨ ਇੱਕ ਲਾਈਨ ਉਹ ਹੈ ਜਿਹੜੀ ਵਰਕਰਾਂ ਦੀ ਲਾਈਨ ਹੁੰਦੀ ਹੈ ਮਤਲਬ ਜਿਹਦੇ ਵਿੱਚ ਕੰਮੇ ਆਉਂਦੇ ਹਨ ਨੌਕਰੀ ਕਰਨ ਵਾਲੇ ਲੋਕ ਦੂਜੇ ਪਾਸੇ ਉਹ ਹੁੰਦੇ ਆ ਜਿਹੜੇ ਕੰਮ ਕਰਾਉਣ ਵਾਲੇ ਲੋਕ ਇਹਨਾਂ ਸਾਰਿਆਂ ਦੇ ਉੱਪਰ ਇੱਕ ਕਾਨੂੰਨ ਹੁੰਦਾ ਹੈ ਸਰਕਾਰ ਕਾਨੂੰਨ ਬਣਾਉਂਦੀ ਹੈ ਉਹ ਕਾਨੂੰਨ ਦੇ ਵਿੱਚ ਦੇਖਿਆ ਜਾਂਦਾ ਹੈ ਕਿ ਜਿਹੜੇ ਵਰਕਰ ਹਨ ਉਹਨਾਂ ਦੇ ਨਾਲ ਵੀ ਕੋਈ ਤੱਕਾ ਨਾ ਹੋਵੇ ਤੇ ਜਿਹੜੇ ਮਾਲਕ ਜਿਨ੍ਹਾਂ ਨੇ ਕੰਮ ਕਰਾਉਣਾ ਹੈ ਉਹਨਾਂ ਦੇ ਨਾਲ ਵੀ ਕੋਈ ਤੱਕਾ ਨਾ ਹੋਵੇ ਜਿਹੜੇ ਕਾਨੂੰਨ ਨੀਤੀਆਂ ਇਹੋ ਜਿਹੀਆਂ ਬਣਾਈਆਂ ਜਾਣ ਹੁਣ ਹੌਲੀ-ਹੌਲੀ ਸਮੇਂ ਦੇ ਨਾਲ ਜਿਹੜੇ ਵਰਕਰ ਹਨ ਇਹਨਾਂ ਦੇ ਜਿਹੜੇ ਪੈਰ ਕਮਜ਼ੋਰ ਕੀਤੇ ਜਾ ਰਹੇ ਹਨ ਅਧਿਕਾਰ ਜਿਹੜੇ ਦਿਨੋਂ-ਦਿਨ ਵਰਕਰਾਂ ਦੇ ਘਟਦੇ ਜਾ ਰਹੇ ਹਨ ਇਦਾਂ ਜਿਹੜੀਆਂ ਕੁਝ ਧਾਰਨਾ ਜਿੱਦਾਂ ਕਿ ਪੈਨਸ਼ਨ ਦੀ ਉਮਰ ਤੁਸੀਂ ਦੇਖ ਸਕਦੇ ਹੋ ਕਿਸੇ ਟਾਈਮ ਜਿਹੜੀ ਪੈਨਸ਼ਨ ਦੀ ਉਮਰ 58 ਸਾਲ ਦੀ ਹੁੰਦੀ ਸੀ ਹੁਣ ਇਹ ਪੈਨਸ਼ਨ ਦੀ ਉਮਰ 67 ਸਾਲ ਤੱਕ ਜਾ ਚੁੱਕੀ ਹੈ ਅਗਰ ਕੋਈ ਬੰਦਾ 67 ਸਾਲ ਦੀ ਉਮਰ ਤੱਕ ਨੌਕਰੀ ਕਰਦਾ ਤਾਂ ਉਸ ਤੋਂ ਬਾਅਦ ਉਸਦੇ ਕੋਲ ਕਿੰਨਾ ਸਮਾਂ ਬਚਦਾ ਹੈ ਕਿ ਉਹ ਵਧੀਆ ਜ਼ਿੰਦਗੀ ਬਤੀਤ ਕਰ ਸਕੇ ਕਈ ਲੋਕ ਤਾਂ ਜਿਹੜੇ 67 ਸਾਲ ਦੀ ਉਮਰ ਤੱਕ ਵੀ ਮੁਸ਼ਕਲ ਦੇ ਨਾਲ ਹੀ ਪਹੁੰਚਦੇ ਹਨ ਹੁਣ ਇੱਕ ਨਵਾਂ ਜਿਹੜਾ ਹੋਰ ਚੀਜ਼ ਜਿਹੜੀ ਇਟਲੀ ਵਿੱਚ ਚੱਲ ਰਹੀ ਹੈ ਜਿਹੜੀ ਵੇ ਜਿੱਦਾਂ ਕੀ ਹੁਣ ਪਹਿਲਾਂ ਪਿਛਲੇ ਸਾਲ ਇਹ ਕਿਹਾ ਗਿਆ ਸੀ ਕਿ ਜਿਹੜੇ ਲੋਕ ਕਿਟਰੀ ਦੇ ਵਿੱਚ ਫੈਕਟਰੀ ਵਗੈਰੇ ਦੇ ਵਿੱਚ ਕੋਈ ਵਰਕਰ ਭਰਤੀ ਕਰਨਗੇ ਐਜ਼ ਅ ਵਰਕਰ ਉਹਨਾਂ ਨੂੰ ਮਤਲਬ 1 ਸਾਲ ਬਾਅਦ ਜਿਉਂ ਬੰਦਾ ਲਗਾਤਾਰ ਕੰਮ ਕਰ ਰਿਹਾ ਤੇ ਜਿਹੜਾ ਕੰਟੈਕਟ ਹੈ ਜੀ ਇਹਦੀ ਟਰਮੀਨਾਂ ਤੋਂ ਉਸ ਨੂੰ ਦੇਣਾ ਪਵੇਗਾ ਪਰੰਤੂ ਹੁਣ ਜਿਹੜੀ ਸਰਕਾਰ ਇਹਦੇ ਵਿੱਚ ਕਹਿ ਰਹੀ ਹੈ ਕਿ 2 ਸਾਲ ਦਾ ਸਮਾਂ ਕਿਉਂ ਨਾ ਦਿੱਤਾ ਜਾਵੇ ਅਗਰ ਕੰਪਨੀ 2 ਸਾਲ ਬੰਦੇ ਨੂੰ ਕੱਚਾ ਰੱਖਦੀ ਹੈ ਇੱਕ ਅੰਤਰਾ ਤੋਂ ਜਿਹੜਾ ਦੇ ਟਰਮੀਨਾਂ ਤੋਂ ਕਰਦੀ ਹੈ ਸਪੋਜ਼ ਕਰੋ ਕਿ 6 ਮਹੀਨੇ ਦਾ ਕੰਟੈਕਟ ਹੋਇਆ ਹੈ ਉਹ 4 ਵਾਰ ਰਿਨਿਊ ਹੋ ਸਕਦਾ ਹੈ ਇਹਦੇ ਨਾਲ ਜਿਹੜੀ ਕੰਪਨੀ ਹੈ ਜੋ ਉਹਨਾਂ ਦਾ ਕਹਿਣਾ ਇਹ ਹੈ ਕਿ ਇਹਦੇ ਨਾਲ ਕੰਪਨੀ ਬੰਦੇ ਨੂੰ ਚੰਗੀ ਤਰ੍ਹਾਂ ਪਰਖ ਸਕਦੀ ਹੈ ਬੰਦੇ ਦੇ ਬਾਰੇ ਪਤਾ ਲੱਗ ਜਾਏਗਾ ਕਿ ਇੱਕ ਬੰਦਾ ਕੋਈ ਸ਼ਤਾਨੀ ਤਾਂ ਨਹੀਂ ਕਰ ਰਿਹਾ ਕਿਉਂਕਿ ਬਹੁਤਿਆਂ ਥਾਵਾਂ ਦੇ ਉੱਤੇ ਦੇਖਿਆ ਗਿਆ ਹੈ ਕਿ ਜਿਸ ਟਾਈਮ ਕੋਈ ਵੀ ਬੰਦਾ ਕੰਮ ਦੇ ਵਿੱਚ ਐਂਟਰੀ ਕਰਦਾ ਹੈ ਤਾਂ ਪਹਿਲੇ ਬਹੁਤ ਥੋੜੇ ਦਿਨ ਉਹ ਵਧੀਆ ਕੰਮ ਕਰਕੇ ਦਿਖਾਉਂਦਾ ਹੈ ਤਾਂ ਕਿ ਉਹ ਮਾਲਕ ਦੀ ਨਿਗਾਹ ਦੇ ਵਿੱਚ ਵਧੀਆ ਬਣੇ ਤੇ ਉਸ ਤੋਂ ਬਾਅਦ ਜਦੋਂ ਹੌਲੀ-ਹੌਲੀ ਉਸ ਦਾ ਕੰਟੈਕਟ ਉਹ ਜਿਹੜਾ ਹੈ ਜੀ ਇਹਦੀ ਦਰਮੀਨਾਤ ਹੁੰਦਾ ਮਤਲਬ ਫੀਸ ਉਹ ਕੰਟੈਕਟ ਜਿਸ ਨੂੰ ਪੱਕਾ ਕੰਟੈਕਟ ਕਹਿੰਦੇ ਆ ਉਹ ਬੰਦੇ ਫਿਰ ਆਪਣਾ ਰੰਗ ਦਿਖਾਉਣਾ ਸ਼ੁਰੂ ਕਰਦੇ ਹਨ ਉਸ ਤੋਂ ਬਾਅਦ ਮੁਲਾਤੀਆ ਵਗੈਰਾ ਮਾਰਦੇ ਹਨ ਹੋਰ ਕਈ ਤਰ੍ਹਾਂ ਦੀ ਮਾਲਕ ਨੂੰ ਇਦਾਂ ਕਿ ਪ੍ਰੋਬਲਮ ਦਿੰਦੇ ਹਨ ਬਾਕੀ ਬਹੁਤ ਤੇ ਵੀਰਾਂ ਨੇ ਫਿਰ ਪੁੱਛਿਆ ਸੀ ਦੁਵਾਰਾ ਕਿ ਇਸ ਸਮੇਂ ਦੇ ਵਿੱਚ ਅਗਰ ਕੋਈ ਘਰ-ਬਾਰ ਮਿਲ ਜਾਏ ਤੇ ਘਰ ਲੈਣਾ ਇਹਨਾਂ ਦਿਨਾਂ ਦੇ ਵਿੱਚ ਠੀਕ ਹੈ ਜਾਂ ਗਲਤ ਹੈ ਗੱਲ ਇਸ ਤਰ੍ਹਾਂ ਹੈ ਕਿ ਜੇ ਤੁਸੀਂ ਹੁਣ ਇਹਨਾਂ ਦਿਨਾਂ ਦੇ ਵਿੱਚ ਘਰ ਖਰੀਦਦੇ ਹੋ ਤੇ ਜਿੱਥੇ ਕੀ ਹੋਇਆ ਸੀ ਕਿ ਅੱਜ ਤੋਂ ਕੁਝ ਸਮਾਂ ਪਹਿਲਾਂ ਲੋਕਾਂ ਦੀ ਜਿਹੜੀ ਕਿਸ਼ਤ ਸੀ ਜੇ ਕਿਸੇ ਦੀ ਕਿਸ਼ਤ ਜਾਰੀ ਸੀ ਸਪੋਜ਼ ਕਰੋ ਕਿ 500 ਜ਼ੀਰੋ ਸੇਮ ਜਨਨ ਕਿ ਲੋਨ ਲੈ ਕੇ ਤੇ ਅੱਜ ਉਹੀ ਕਿਸ਼ਤ ਜਿਹੜੀ ਹੈ ਜੀ ਉਹ ਵੱਜ ਚੁੱਕੀ ਹੈ ਤੇ ਕਿੰਨ 700 ਯੂਰੋ 750 ਤੱਕ ਵੀ ਪਹੁੰਚ ਚੁੱਕੀ ਹੈ ਤੇ ਕਿਉਂਕਿ ਰੇਟ ਆਫ ਜਿਹੜੇ ਇੰਟਰਸਟ ਹਨ ਉਹ ਜਿਆਦਾ ਹਾਈ ਹੋ ਚੁੱਕੇ ਹਨ ਪਹਿਲਾਂ 1. ਕੁਝ ਚੱਲਦਾ ਸੀ ਇੰਟਰਸਟ ਤੇ ਹੁਣ 4.12 ਜਾਂ ਇਸ ਤੋਂ ਵੀ ਉੱਪਰ ਜਾਣ ਦੀ ਸੰਭਾਵਨਾ ਹੋ ਚੁੱਕੀ ਹੈ 4.12 ਤੱਕ ਤਾਂ ਫਿਲਹਾਲ ਜਿਹੜਾ ਚੱਲ ਰਿਹਾ ਹੈ ਹੁਣ ਤੁਸੀਂ ਅਗਰ ਇਸ ਟਾਈਮ ਕੋਈ ਮਕਾਨ ਵਗੈਰਾ ਲੈਂਦੇ ਹੋ ਲੋਨ ਲੈ ਕੇ ਤੇ ਉਹਦੇ ਵਿੱਚ ਤੁਹਾਨੂੰ ਜਿਹੜਾ ਪੈਸਾ ਹੈ ਜੀ ਕਾਫੀ ਜਿਆਦਾ ਦੇਣਾ ਪਵੇਗਾ ਜਦੋਂ ਤੁਸੀਂ ਉਸ ਨੂੰ 20 ਸਾਲਾਂ ਵਿੱਚ ਜਾਂ 30 ਸਾਲ ਦੇ ਵਿੱਚ ਮੋੜੋਗੇ ਤੇ तकरीबन दुगणे ਤੋਂ ਜ਼ਿਆਦਾ ਜਿਹੜਾ ਤੁਸੀਂ ਵਿਆਜ ਹੀ ਪੇ ਕਰ ਦੇਣਾ ਹੈ। ਸੋ ਇਹ ਜਿਹੜਾ ਸਮਾਂ ਹੈ ਜੀ ਮਕਾਨ ਖਰੀਦਣ ਦੇ ਵਾਸਤੇ ਬਿਲਕੁਲ ਵੀ ਠੀਕ ਨਹੀਂ ਹੈ ਬਹੁਤ ਜ਼ਿਆਦਾ ਜਿਹੜਾ ਪੈਸਾ ਤੁਹਾਨੂੰ ਪੇ ਕਰਨਾ ਪਵੇਗਾ। ਪਲੱਸ ਜਿਹੜੀ ਇਨਫਲੇਸ਼ਨ ਹੋ ਚੁੱਕੀ ਹੈ ਉਹਦੀ ਵਜ੍ਹਾ ਤੇ ਨਾਲ ਤਨਖਾਹਾਂ ਦੇ ਵਿੱਚ ਕੋਈ ਵਾਧਾ ਨਹੀਂ ਹੋ ਰਿਹਾ ਤੇ ਲੋਕਾਂ ਨੂੰ ਕਿਸ਼ਤਾਂ ਦੇਣ ਦੇ ਵਿੱਚ ਵੀ ਦਿੱਕਤ ਆ ਰਹੀ ਹੈ। ਬਾਕੀ ਇਸ ਤੋਂ ਇਲਾਵਾ ਜੇ ਤੁਸੀਂ ਮਕਾਨ ਖਰੀਦਦੇ ਹੋ ਮਕਾਨ ਜਿਹੜਾ ਮਿਲੇਗਾ ਤੁਹਾਨੂੰ ਜੀ ਕਲਾਸ ਮਿਲੇਗਾ ਤੇ ਅਜ ਕੁਝ ਸਮਾਂ ਜਿਹੜਾ ਸਰਕਾਰ ਨੇ ਦਿੱਤਾ ਹੈ ਫਿਰ ਉਸ ਨੂੰ ਅਪਗ੍ਰੇਡ ਕਰਨਾ ਪਵੇਗਾ ਉਸ ਨੂੰ ਹੌਲੀ ਹੌਲੀ ਕਲਾਸ ਡੀ ਤੇ ਲੈ ਕੇ ਆਉਣਾ ਪਵੇਗਾ। ਇਸ ਤਰ੍ਹਾਂ ਉਸਨੂੰ ਵੀ ਅਪਗ੍ਰੇਡ ਕਰਨਾ ਪਵੇਗਾ ਹੌਲੀ-ਹੌਲੀ ਕਲਾਸ A ਦੇ ਉੱਤੇ ਲੈ ਕੇ ਆਉਣਾ ਹੈ 2033 ਤੱਕ ਤਾਂ ਇੱਕ ਤਾਂ ਵਿਆਜ ਜ਼ਿਆਦਾ ਪੇ ਕਰਨਾ ਪਵੇਗਾ ਦੂਸਰੇ ਨੰਬਰ ਦੇ ਉੱਤੇ ਉਸ ਦੇ ਉੱਤੇ ਮਕਾਨ ਦੇ ਉੱਤੇ ਵੀ ਜਿਹੜਾ ਪੈਸਾ ਤੁਹਾਨੂੰ ਲਾਉਣਾ ਪਵੇਗਾ ਬਾਕੀ ਅੱਜਕੱਲ ਇੰਟਰਨੈਟ ਦੇ ਉੱਤੇ ਬਹੁਤ ਜ਼ਿਆਦਾ ਜਿਹੜੇ ਫਰੌਡ ਹੋ ਰਹੇ ਹਨ ਇਹਦੇ ਵਾਸਤੇ ਜਦੋਂ ਤੁਸੀਂ Google ਦੇ ਉੱਤੇ ਜਾਂਦੇ ਹੋ ਤੇ ਤੁਸੀਂ ਕੀ ਕਰਨਾ ਹੈ ਕਿ ਜਿਹੜੇ ਲਾਲ ਰੰਗ ਦੇ ਨਾਲ ਇੱਕ ਜਿੰਦੇ ਦਾ ਨਿਸ਼ਾਨ ਬਣਿਆ ਹੁੰਦਾ ਹੈ ਇੱਕ ਤਾਲਾ ਕੱਟੇ ਦਾ ਨਿਸ਼ਾਨ ਹੁੰਦਾ ਹੈ ਮਤਲਬ ਕਿ ਤੁਹਾਨੂੰ ਇੱਕ ਲੋਕ ਦਿਖਾਈ ਦੇਵੇਗਾ ਲਾਲ ਰੰਗ ਦਾ ਜੋ ਲੋਕ ਖੁੱਲਾ ਹੋਇਆ ਹੋਏਗਾ ਉਹ ਜਿਹੜੀ ਵੈਬਸਾਈਟ ਹੋਏਗੀ ਤੁਸੀਂ ਉਸ ਨੂੰ ਬਿਲਕੁਲ ਨਹੀਂ ਖੋਲਣਾ ਉਸ ਤੋਂ ਖੋਲਣ ਨੂੰ ਬਚਣਾ ਹੈ ਬਾਕੀ ਗਲਤ ਸਾਈਟਾਂ ਉੱਤੇ ਜਾਣ ਦੀ ਕੋਸ਼ਿਸ਼ ਨਾ ਕਰੋ ਜਿਹੜੀਆਂ ਸੇਫ ਵੈਬਸਾਈਟਾਂ ਹੁੰਦੀਆਂ ਹਨ ਹਰੇ ਰੰਗ ਵਾਲੀਆਂ ਉਹਨਾਂ ਨੂੰ ਖੋਲੋ ਜੇ ਕਿਸੇ ਵੈਬਸਾਈਟ ਦੇ ਯੂਆਰਐਲ ਤੋਂ ਪਹਿਲਾਂ ਇੱਕ ਤੁਹਾਨੂੰ ਲੋਕ ਦਿਖਾਈ ਦਿੰਦਾ ਹੈ ਤਾਂ ਉਸ ਸਾਈਟ ਦੇ ਉੱਤੇ ਬਿਲਕੁਲ ਨਾ ਜਾਓ ਕਿਉਂਕਿ ਹੋ ਕੀ ਰਿਹਾ ਕਿ ਅੱਜਕੱਲ WhatsApp ਦੇ ਉੱਤੇ ਜਾਂ Facebook ਦੇ ਉੱਤੇ ਜਦੋਂ ਤੁਹਾਨੂੰ ਕੋਈ ਅਚਾਨਕ ਕਾਲ ਆਉਂਦੀ ਹੈ ਤੇ ਲੋਕ ਜਦੋਂ ਕਾਲ ਚੁੱਕਦੇ ਹਨ ਤਾਂ ਅਚਾਨਕ ਕੋਈ ਸਾਹਮਣੇ ਇੱਕ ਲੜਕੀ ਹੁੰਦੀ ਹੈ ਜਿਸ ਤੇ ਕਿ ਬਿਲਕੁਲ ਜਿਹੜੇ ਕੱਪੜੇ ਵਗੈਰਾ ਨਹੀਂ ਪਾਏ ਹੁੰ ਉਹਨਾਂ ਦੀ ਉਸ ਟਾਈਮ ਰਿਕਾਰਡਿੰਗ ਚੱਲਦੀ ਹੁੰਦੀ ਹੈ ਜਿਵੇਂ ਹੀ ਤੁਸੀਂ ਉਹ ਤੁਹਾਡੇ ਨਾਲ ਗੱਲਬਾਤ ਕਰਨਾ ਸ਼ੁਰੂ ਕਰਦੀ ਹੈ ਜਿਹੜੀ ਉਹ ਲੜਕੀ ਦੇ ਬਾਰੇ ਰਿਕਾਰਡਿੰਗ ਉਸੇ ਟਾਈਮ ਸ਼ੁਰੂ ਕਰ ਦਿੱਤੀ ਜਾਂਦੀ ਹੈ ਕਿਉਂਕਿ ਉਹਨਾਂ ਦਾ ਇੱਕ ਤਰ੍ਹਾਂ ਦਾ ਇਹ ਕਹਿ ਸਕਦੇ ਹਾਂ ਕਿ ਉਹਨਾਂ ਦਾ ਕੰਮ ਹੈ ਠੱਗੀ ਮਾਰਨ ਦਾ ਬਾਅਦ ਵਿੱਚ ਤੁਹਾਡੀ ਫੋਟੋ ਵੀ ਜਿਹੜੀ ਉਸ ਦੇ ਉੱਪਰ ਆ ਜਾਂਦੀ ਹੈ ਉਸ ਲੜਕੀ ਦੀ ਵੀ ਬਾਅਦ ਵਿੱਚ ਤੁਹਾਨੂੰ ਕਾਲ ਕਰਕੇ ਬਲੈਕਮੇਲ ਕੀਤਾ ਜਾਂਦਾ ਹੈ ਪੈਸਿਆਂ ਦੀ ਮੰਗ ਕੀਤੀ ਜਾਂਦੀ ਖਾਸ ਕਰ ਇਸ ਤਰ੍ਹਾਂ ਫੇਸਬੁੱਕ ਦੇ ਉੱਪਰ ਵਟਸਐਪ ਦੇ ਉੱਪਰ ਜੁੜੀਆਂ ਕਾਫੀ ਸ਼ਿਕਾਇਤਾਂ ਮਿਲ ਰਹੀਆਂ ਹਨ ਗੱਲ ਕਰ ਲਈਏ ਜਰਮਨ ਦੀ ਜਰਮਨ ਦੇ ਵਿੱਚ ਲੰਬੇ ਸਮੇਂ ਤੋਂ ਜਿਹੜੀ ਇੱਕ ਮੰਗ ਕੀਤੀ ਜਾ ਰਹੀ ਸੀ ਕਿ ਉੱਥੇ ਜਿਹੜੇ ਪਰਮਾਣੂ ਰੇਕਟਰ ਹਨ ਜਿਹਦੇ ਨਾਲ ਕੀ ਪਰਮਾਣੂ ਤਕਨੀਕ ਦੇ ਨਾਲ ਜਿਹੜੀ ਬਿਜਲੀ ਬਣਾਈ ਜਾਂਦੀ ਸੀ ਕਾਫੀ ਲੋਕ ਇਸ ਦੇ ਵਿਰੋਧ ਦੇ ਵਿੱਚ ਵੀ ਸਨ ਤੇ ਕਾਫੀ ਜਿਹੜੇ ਇਸ ਦੇ ਹੱਕ ਦੇ ਵਿੱਚ ਵੀ ਸਨ ਪਰੰਤੂ ਸਰਕਾਰ ਜਿਹੜੀ ਇਸ ਦੇ ਵਿਰੋਧ ਦੇ ਵਿੱਚ ਸੀ ਤੇ ਸਰਕਾਰ ਨੇ ਕਿਹਾ ਸੀ ਕਿ ਜਿਹੜਾ ਹੌਲੀ-ਹੌਲੀ ਇਸ ਨੂੰ ਜਿਹੜਾ ਬੰਦ ਕਰ ਦੇਣਾ ਹੈ ਹੁਣ ਜਿਹੜੇ ਜਰਮਨ ਦੇ ਵਿੱਚ ਲਾਸਟ ਤਿੰਨ ਜਿਹੜੇ ਪਰਮਾਣੂ ਪਲਾਂਟ ਜਿਹਦੇ ਵਿੱਚ ਕੈਮਸਲੈਂਡ ਦੂਸਰਾ ਐਸਆਰ2 ਤੇ ਤੀਸਰਾ ਜਿਹੜਾ ਸੀ ਨੈਕਰਵੇਸਟਮ ਇਸ ਨੂੰ ਜਿਹੜੀ ਬੰਦ ਕਰਨ ਦੀ ਜਰਮਨੀ ਦੇ ਵਿੱਚ ਜਿਹੜਾ ਹੈ ਜੀ ਮੰਗ ਲੰਬੇ ਸਮੇਂ ਤੋਂ ਚੱਲ ਰਹੀ ਸੀ ਤੇ ਹੁਣ ਜਿਹੜੀ ਲਾਸਟ ਤਿੰਨ ਜਿਹੜੇ ਪਰਮਾਣੂ ਪਲਾਂਟਸ ਹਨ ਪਾਵਰ ਪਲਾਂਟ ਇਹਨਾਂ ਨੂੰ ਜਿਹੜਾ ਬੰਦ ਕਰ ਦਿੱਤਾ ਗਿਆ ਹੈ ਹੁਣ ਜਰਮਨ ਦੇ ਵਿੱਚ ਫਿਲਹਾਲ ਜਿਹੜਾ ਕੋਈ ਵੀ ਨਿਊਕਲੀਅਰ ਪਾਵਰ ਪਲਾਂਟ ਜਿਹੜਾ ਹੋਂਦ ਦੇ ਵਿੱਚ ਨਹੀਂ ਹੈ ਸਾਰੇ ਹੀ ਬੰਦ ਹੋ ਚੁੱਕੇ ਹਨ ਤੇ ਪਰਮਾਣੂ ਊਰਜਾ ਦਾ ਜੋਗ ਜਿਹੜਾ ਹੈ ਜੀ ਇਸ ਨੂੰ ਖਤਮ ਕਰ ਦਿੱਤਾ ਗਿਆ ਹੈ ਉਹ ਕਹਿੰਦੇ ਹਨ ਕਿ ਜਿਹੜੀ એનર્ਜੀ ਗ੍ਰੀਨ એનર્ਜੀ ਨਹੀਂ ਹੈ ਤੇ ਭਵਿੱਖ ਦੇ ਵਿੱਚ ਖਤਰਾ ਪੈਦਾ ਕਰ ਸਕਦੀ ਹੈ ਗੱਲ ਕਰ ਲਈ ਨੈਕਸਟ ਕੋਰ ਦੀ ਨੈਕਸਟ ਕੋਰ ਜਿਹੜੀ ਆਪਣੀ 에어ਲਾਈਨ ਦੇ ਨਾਲ ਸੰਬੰਧਿਤ ਹੈ ਸਾਊਦੀ ਅਰਬ ਦੀ 에어ਲਾਈਨ ਜਿਹਦਾ ਇੱਕ ਇੱਕ ਕਾਰਗੋ ਜਹਾਜ਼ ਸੀ ਕਾਰਗੋ ਜਹਾਜ਼ ਦਾ ਮਤਲਬ ਹੁੰਦਾ ਹੈ ਕਿ ਜਿਸ ਦੇ ਵਿੱਚ ਸਮਾਨ ਵਗੈਰਾ ਲਿਜਾਇਆ ਜਾਂਦਾ ਹੈ ਇਸ ਦੇ ਵਿੱਚ ਯਾਤਰੀ ਨੂੰ ਨਹੀਂ ਬਿਠਾਇਆ ਜਾਂਦਾ ਪਰੰਤੂ ਜਿਸ ਜਗ੍ਹਾ ਤੇ ਉੱਤੇ ਪਾਇਲਟ ਬੈਠਦਾ ਹੈ ਉਸ ਜਗ੍ਹਾ ਤੇ ਵਿੰਡਸ਼ੀਲਡ ਹੁੰਦੀ ਹੈ ਜਿਹੜੀ ਕਿ ਇਸ ਨੂੰ ਪਰਸ਼ੀਸ਼ਾ ਵੀ ਕਹਿੰਦੇ ਆ ਹਵਾ ਦਾ ਪ੍ਰੈਸ਼ਰ ਜ਼ਿਆਦਾ ਹੋਣ ਦੀ وجہ ਦੇ ਨਾਲ ਜਿਹੜਾ ਸ਼ੀਸ਼ਾ ਟੁੱਟ ਗਿਆ ਤੇ ਉਸ ਤੋਂ ਬਾਅਦ ਜਿਹੜੀ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਜਿਹੜੀ ਕਰਵਾਈ ਜਾਂਦੀ ਹੈ ਕਲਕੱਤਾ ਹਵਾਈ ਅੱਡੇ ਦੇ ਉੱਤੇ ਹੁਣ ਜਾਪਾਨ ਵੀ ਜਿਹੜਾ ਹੈ ਜਿਸ ਦੇ ਵਿੱਚ ਲੋਕ ਜਿਹੜੇ ਜੂਆ ਖੇਲ ਸਕਦੇ ਹਨ ਕਿਉਂਕਿ ਜਾਪਾਨ ਦੇ ਵਿੱਚ ਅਜੇ ਤੱਕ ਕੋਈ ਵੀ ਜਿਹੜਾ ਕੈਸੀਨੋ ਰਿਸੋਰਟ ਸੀ ਅਜੇ ਤੱਕ ਨਹੀਂ ਬਣਾਇਆ ਗਿਆ ਸੀ ਬਾਕੀ ਜੇ ਕੋਈ ਜਾਪਾਨ ਦੇ ਵਿੱਚ ਜੂਆ ਵਗੈਰਾ ਖੇਲਣਾ ਚਾਹੁੰਦਾ ਹੈ ਤਾਂ ਉਹ ਜਿਹੜਾ ਫਿਲਹਾਲ ਨਹੀਂ ਖੇਡ ਸਕਦਾ ਕਿਉਂਕਿ ਜਿਹੜੀ ਯੋਜਨਾ ਹੁਣ ਬਣਾਈ ਗਈ ਹੈ ਇਸ ਨੂੰ ਬਣਾਉਂਦੇ ਆ ਬਣਾਉਂਦੇ ਆ ਤਕਰੀਬਨ ਦੱਸਿਆ ਗਿਆ ਹੈ ਕਿ ਕਾਫੀ ਸਾਲ ਲੱਗ ਜਾਣਿਆ ਪੱਛਮੀ ਸ਼ਹਿਰ ਜਿਹੜਾ ਓਸਾਕਾ ਹੈ ਇਹਦੇ ਵਿੱਚ ਇੱਕ ਕੰਪਲੈਕਸ ਖੁੱਲੇਗਾ ਜਿਹਦੇ ਵਿੱਚ ਦੇਸ਼ ਦਾ ਪਹਿਲਾ ਜੂਆ ਰਿਸੋਰਟ ਜਿਹੜਾ ਬਣਾਉਣ ਦੀ ਯੋਜਨਾ ਚੱਲ ਰਹੀ ਹੈ ਨੂੰ ਮਨਜ਼ੂਰੀ ਵੀ ਮਿਲ ਚੁੱਕੀ ਇਹ ਸਾਰਾ ਕੁਝ ਜਿਹੜਾ ਹੈ ਜੀ ਇਸੇ ਕਰਕੇ ਕੀਤਾ ਜਾ ਰਿਹਾ ਕਿਉਂਕਿ ਜਾਪਾਨ ਦੇ ਵਿੱਚ ਵੀ ਜਿਹੜੀ ਅਰਥਵਿਵਸਥਾ ਥੱਲੇ ਨੂੰ ਜਾ ਰਹੀ ਹੈ ਤੇ ਨੌਕਰੀਆਂ ਨੂੰ ਜ਼ਿਆਦਾ ਪੈਦਾ ਕੀਤਾ ਜਾਵੇ ਲੋਕਾਂ ਨੂੰ ਜ਼ਿਆਦਾ ਰੁਜ਼ਗਾਰ ਦਿੱਤਾ ਜਾਵੇ ਇਸੇ ਵਾਸਤੇ ਕੋਈ ਨਾ ਕੋਈ ਸਕੀਮਾਂ ਲਾਈਆਂ ਜਾ ਰਹੀਆਂ ਨੇ ਕਿ ਕਿਹੜੇ ਕੰਮ ਲੋਕਾਂ ਨੂੰ ਦਿੱਤੇ ਜਾਣ ਹੁਣ ਨਵੇਂ ਕੰਮ ਜਾਪਾਨ ਦੇ ਵਿੱਚ ਲੋਕਾਂ ਨੂੰ ਜਿਹੜਾ ਜੂਆ ਹੈ ਜੀ ਇਸ ਦੀ ਆਇਤ ਪਾਈ ਜਾਏਗੀ ਬਾਕੀ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਨੈਕਸਟ ਵੀਡੀਓ ਲੈ ਕੇ ਫਿਰ ਮਿਲਦੇ ਹਾਂ ਜੀ ਵੀਡੀਓ ਦੇਖੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ